ਅੱਛਾ ਇੱਥੇ ਕੱਲ ਕੀ ਘਟਨਾ ਵਾਪਰੀ ਹੈ? ਪਤਾ ਕੀ ਹੈ, ਮੈਂ ਅੱਜ ਤੀਜਾ ਦਿਨ ਜੇ ਘਟਨਾ ਇਹ ਚੱਲ ਰਹੀ ਹੈ, ਇਹ ਕੱਲ ਦਾ ਪਤਾ ਨਹੀਂ ਕੀ ਘਟਨਾ ਹੋਈ ਹੈ, ਕੀ ਪਤਾ ਸਾਰੇ ਚੰਗੀ ਤਰ੍ਹਾਂ ਦੱਸੋ। ਘਟਨਾ ਹੋਈ ਹੈ ਸਾਡੀ ਝੂਠੀ, ਇਹ ਘਟਨਾ ਹੋਈ ਹੈ ਕਰਾਈ ਗਈ ਹੈ। ਅੱਛਾ, ਇਹ ਸਰਪੰਚ ਨੇ ਕਰਾਈ। ਕੀ ਨਾਮ ਹੈ ਸਰਪੰਚ ਦਾ? ਸਰਪੰਚ ਨਾਂ ਕੀ ਹੈ? ਬੂਟਾ। ਅੱਛਾ, ਇਹ ਕਰਾਈ ਗਈ। ਕੀ ਘਟਨਾ ਹੋਈ ਹੈ? ਪੂਰੀ ਡਿਟੇਲ ਦਿਓ ਨਾ, ਕੁੜੀ ਕਿੰਨੇ ਸਾਲ ਦੀ ਸੀ, ਕਿੱਥੇ ਜਾਂਦੀ ਸੀ, ਕਿਵੇਂ ਘਟਨਾ ਹੋਈ ਹੈ? 15 ਸਾਲ। ਗ੍ਰਿਫਤਾਰ ਕਰਨਾ ਚਾਹੀਦਾ, ਉਸ ਕੁੜੀ ਦਾ ਨਾਮ ਗੁੱਡੀ ਹੈ, ਉਹ ਪਰਾਏ ਤੋਂ ਹੈ, ਪਿੰਡ ਤੋਂ ਹੀ, ਤੇ ਲਾਸ਼ ਹੀ ਉਹਦੇ ਪਿੰਡ ਕੋਲ ਹੀ ਮਿਲੀ ਹੈ। ਇਸ ਕੁੜੀ ਦਾ ਵੀ ਹੋ ਸਕਦਾ ਸ਼ੱਕ ਸਾਦਾ ਵੀ ਉਹਦੇ ਕੁੜੀ ਦੀ ਸ਼ੱਕ ਹੈ। ਕੀ ਨਾਮ ਆਪਣਾ? ਆਪਣਾ ਨਾਮ ਰਾਜ ਹੈ ਜੀ, ਤੇ ਸਾਨੂੰ ਜਦੋਂ ਪਤਾ ਲੱਗਿਆ ਸਾਡੀ ਕੁੜੀ। ਪਿੰਡ ਕਿਹੜਾ ਜੀ? ਪਿੰਡ ਦੱਸੋ ਸਾਰੀ ਘਟਨਾ ਦੀ ਪੂਰੀ ਡਿਟੇਲ ਨਾਲ ਜਾਣਕਾਰੀ। ਠੀਕ ਹੈ ਜੀ, ਮੇਰਾ ਨਾਮ ਬਲਦਾਰ ਹੈ, ਪਿੰਡ ਗਲਾੜ ਤੋਂ, ਤੇ ਆਪਣੀ ਇੱਕ ਉਹ ਸਰ ਦੀ ਲੜਕੀ ਸੀ। ਹਾਂਜੀ, ਤੇ ਜਦੋਂ ਇਹਦੀ ਲਾਪਤਾ ਸਾਨੂੰ ਖਬਰ ਮਿਲੀ ਅਸੀਂ ਉੱਥੇ ਆਏ ਵੀ ਇੱਥੇ ਲੱਭਣ ਵਾਸਤੇ। ਪਹਿਲਾਂ ਅਸੀਂ ਗਏ ਸਰਪੰਚ ਕੋਲ ਵੀ ਸਾਡੀ ਹੈਲਪ ਕਰੋ ਤੇ ਕੁੜੀ ਦੇ ਲਾਪਤਾ ਦੀ ਰਿਪੋਰਟ। ਕੀ ਨਾਮ ਹੈ ਜੀ? ਸਰਪੰਚ ਦਾ ਨਾਮ ਹੈ ਬੂਟਾ ਜੀ। ਅੱਛਾ ਜੀ, ਤੇ ਇਹਨਾਂ ਨੂੰ ਜਦੋਂ ਇਹ ਗੱਲ ਕਹੀ ਹੈ ਨਾ ਵੀ ਤੁਸੀਂ ਸਾਡੇ ਨਾਲ ਤੁਰੋ, ਇਹਨਾਂ ਨੇ ਉਲਟਾ ਕੀ ਕਿਹਾ ਵੀ ਤੁਸੀਂ 10-20 ਹਜ਼ਾਰ ਰੁਪਏ ਲੈ ਕੇ ਤੁਸੀਂ ਬੈਠ ਜਾਂਦੇ ਹੋ। ਠੀਕ ਹੈ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਇਹਨੇ ਸਗੋਂ ਫੋਨ ਕਰਕੇ ਅੱਗੇ ਜਿੱਥੇ ਅਸੀਂ ਪਹਿਲਾਂ ਖਨੌਰੀ ਗਏ, ਖਨੌਰੀ ਵਾਲਿਆਂ ਨੇ ਕੀ ਕਿਹਾ, ਉਹਨਾਂ ਨੇ ਟਾਲ ਮਟੋਲ ਕੀਤੀ, ਕਹਿੰਦਾ ਤੁਸੀਂ ਸਤਰਾਣੇ ਜਾਓ। ਫਿਰ ਅਸੀਂ ਭੱਜੇ ਭਜੇ ਭੁੱਖੇ ਪਾਣੇ ਗਏ, ਸਤਰਾਣੇ ਗਏ ਉੱਥੇ ਵੀ ਸਾਡੀ ਕਮ ਸੇ ਕਮ ਰਿਪੋਰਟ ਤਾਂ ਲਿਖੀ ਜਾਵੇ, ਜਦੋਂ ਕੁੜੀ ਲੱਭੇਗੀ ਲੱਭੇਗੀ, ਠੀਕ ਹੈ, ਨਹੀਂ ਤਾਂ ਬਾਅਦ ਦੀ ਗੱਲ ਹੈ। ਪਰ ਅਸੀਂ ਫਿਰ ਉਸ ਤੋਂ ਬਾਅਦ ਇੰਨੇ ਜਗੋ ਸਰਪੰਚ ਨੇ ਨਾਲ ਨਹੀਂ ਤੁਰਿਆ, ਸਾਨੂੰ ਆਇਆ ਹੋ ਗਿਆ ਵੀ ਕੋਈ ਨਾ ਕੋਈ, ਚਲੋ ਅਸੀਂ ਆਪ ਤਾਂ ਭੱਜੀਏ। ਫਿਰ ਇੱਥੇ ਆਪਣੀ ਨਾਨੀ ਜੀ ਨੇ, ਭਗਵਾਨੀ ਜੀ, ਉਹਨੂੰ ਨਾਲ ਲੈ ਕੇ ਅਸੀਂ ਮੋਟਰਸਾਈਕਲ 'ਤੇ ਗਏ ਉੱਥੇ, ਅਤੇ 3-4 ਜਣੇ ਗਏ ਉੱਥੇ ਜਾ ਕੇ, ਉਹਨਾਂ ਨੇ ਵੀ ਸਤਰਾਣੇ ਗਏ, ਉਹਨਾਂ ਨੇ ਵੀ ਕੋਈ ਰਿਪੋਰਟ ਨਹੀਂ ਲਿਖੀ। ਜਦੋਂ ਉਹਨਾਂ ਨੇ ਰਿਪੋਰਟ ਨਹੀਂ ਲਿਖੀ, ਉਹਨਾਂ ਨੇ ਕੀ ਕਿਹਾ ਵੀ ਜਿੱਥੇ ਵਾਕਾ ਹੋਇਆ ਤੁਸੀਂ ਉੱਥੇ ਜਾਓ, ਖਨੌਰੀ ਜਾਓ। ਅਸੀਂ ਫਿਰ ਦੁਬਾਰਾ ਫਿਰ ਉੱਧਰ ਚੱਕੇ, ਫਿਰ ਦੁਬਾਰਾ ਉੱਥੇ ਗਏ, ਸਾਨੂੰ ਉੱਥੇ 4 ਵੱਜ ਗਏ। ਉੱਥੇ ਅਸੀਂ ਬਾਹਰ ਬੈਠੇ ਰਹੇ, ਕਦੇ ਅਜੇ ਮੀਟਿੰਗ ਹੋ ਰਹੀ ਹੈ, ਫਲਾਨੀ ਹੋ ਰਹੀ ਹੈ, ਟਿਗੜੀ ਹੋ ਰਹੀ ਹੈ, ਕਿਸੇ ਨੇ ਵੀ ਥਾਣੇਦਾਰ ਨੇ, ਕਿਸੇ ਨੇ ਕੋਈ ਵੀ ਉੱਥੇ ਜਿਹੜੇ ਵੀ ਅਫਸਰ ਬੈਠੇ ਸੀ, ਕਿਸੇ ਨੇ ਇਹ ਸੁਣਵਾਈ ਨਹੀਂ ਕੀਤੀ ਵੀ ਸਾਡੀ। ਅਸੀਂ ਸਵੇਰ ਦੇ ਨਿਕਲੋ, ਇਸ ਸ਼ਾਮ ਦੇ 4 ਵੱਜ ਕੇ ਥੱਕ ਹਾਰ ਕੇ ਜਦੋਂ ਘਰ ਆਏ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ, ਕਿਉਂਕਿ ਜਦੋਂ ਮੇਨ ਮੁੱਦਾ ਹੁੰਦਾ, ਮੇਨ ਪੰਚਾਇਤ ਹੁੰਦੀ ਹੈ, ਸਰਪੰਚ ਹੁੰਦਾ, ਜਦੋਂ ਸਰਪੰਚ ਹੀ ਸਾਡੇ ਨਾਲ ਨਹੀਂ ਤੁਰਿਆ, ਫਿਰ ਅੱਗੇ ਸਾਡਾ ਇਨਸਾਫ ਕਿਵੇਂ ਹੋ ਜਾਂਦਾ? ਹੁਣ ਪ੍ਰਸ਼ਾਸਨ ਕੋਲੋਂ ਕੀ ਮੰਗ? ਪ੍ਰਸ਼ਾਸਨ ਤੋਂ ਇਹੀ ਮੰਗ ਕਹਿੰਦੇ ਹਾਂ ਵੀ ਜਦੋਂ ਜਿਹੜਾ ਸਰਪੰਚ ਦਾ ਜਿਹੜਾ ਹੱਥ ਹੈ, ਜੋ ਵੀ ਸਰਪੰਚ ਦੇ, ਜੇ ਉਹਦਾ ਹੱਥ ਨਾ ਹੁੰਦਾ ਤੇ ਕਾਰਵਾਈ ਜੇ ਛੇਤੀ ਹੋ ਜਾਂਦੀ ਤਾਂ ਕਮ ਸੇ ਕਮ ਸਾਡੀ ਕੁੜੀ ਦੀ ਜਾਨ ਬਚ ਜਾਂਦੀ। ਪਰ ਇਹਨਾਂ ਦੀ ਲਾਪਰਵਾਹੀ, ਸਰਪੰਚ ਦੀ, ਪੰਚਾਇਤ ਦੀ ਲਾਪਰਵਾਹੀ, ਕੁਛ ਪੁਲਿਸ ਦੀ ਲਾਪਰਵਾਹੀ ਨਾਲ ਇਹਨਾਂ ਦੀ ਕਾਰਵਾਈ ਨਾ ਕਰਨ ਦੇ ਕਾਰਨ ਸਾਨੂੰ ਸਿਰਫ ਲਾਸ਼ ਮਿਲੀ। ਜਦੋਂ ਲਾਸ਼ ਮਿਲੀ ਉਸ ਤੋਂ ਬਾਅਦ ਹੀ ਸਾਨੂੰ ਸਾਰੇ ਪੁਲਿਸ ਵਾਲੇ ਇੱਥੇ ਆਏ, ਉਦੋਂ ਆਏ ਨੇ, ਜਦੋਂ ਇਹਦੀ ਲਾਸ਼ ਮਿਲੀ ਉਦੋਂ ਆਏ। ਕਿੰਨਾ ਟਾਈਮ ਹੋ ਚੁੱਕਿਆ ਇਸ ਨੂੰ? ਉਸ ਦਿਨੇ 10 ਵਜੇ ਦਾ ਚੱਕਿਆ, ਔਰ ਅਗਲੇ ਦਿਨ ਲਾਸ਼ ਜਦੋਂ ਮਿਲੀ ਉਹ ਵੀ ਅਗਲੇ ਦਿਨ ਲੱਭੀ ਹੈ ਲਾਸ਼, ਫਿਰ ਜਾ ਕੇ ਕਿਤੇ ਜਦੋਂ ਲਾਸ਼ ਮਿਲੀ ਉਸ ਤੋਂ ਬਾਅਦ ਬੂਟਾ ਸਰਪੰਚ ਪਹਿਲਾਂ ਮੌਜੂਦ ਸੀ ਉੱਥੇ, ਉਹਨੂੰ ਹਰ ਗੱਲ ਦਾ ਪਹਿਲਾਂ ਹੀ ਪਤਾ ਸੀ, ਉਹਦਾ ਹੱਕ ਇਹ ਬਣਦਾ ਸੀ ਸਾਡੇ ਨਾਲ ਚੱਲਣ ਦਾ, ਪਰ ਉਹ ਸਾਡੇ ਨਾਲ ਨਹੀਂ ਚੱਲਿਆ। ਠੀਕ ਹੈ, ਬੰਦੇ ਉਹਨੇ ਖੁਦ ਸਰਪੰਚ ਨੇ ਪਹਿਲਾਂ ਹੀ ਫੋਨ ਕਰਤਾ ਵੀ ਜਿਹੜੇ ਉਹਦੇ ਰਿਸ਼ਤੇਦਾਰ ਨੇ ਮੁੰਡੇ ਦੇ, ਜਿਹਨਾਂ ਨੇ ਵਾਰਦਾਤ ਕੀਤੀ ਹੈ ਵੀ ਉਹਨਾਂ ਦੇ ਘਰੇ ਤਾਲੇ ਤੁਲੇ ਮਰਵਾ ਕੇ ਸਾਰਿਆਂ ਨੂੰ ਭਜਾ ਦਿਓ। ਠੀਕ ਹੈ, ਇਸ ਤੋਂ ਪਹਿਲਾਂ ਕਿ ਜਿਹੜੀ ਗੁਣਸਦਾ ਹੋਈ ਉਹ ਮੇਰੀ ਛੋਟੀ ਭੈਣ ਹੈ, ਅਸੀਂ ਕਟਰੀ ਸੈਂਟਰ ਜਾਂਦੇ ਹਾਂ, ਅਸੀਂ ਖਨੌਰੀ 'ਚੋਂ ਲਾਪਤਾ ਹੋਈ ਹੈ। ਉਸ ਤੋਂ ਬਾਅਦ ਜਿਹੜੇ ਸਰਪੰਚ ਇਹ ਸਭ ਮਿਲੇ ਹੋਏ ਨੇ, ਇਹਨੇ ਵੀ ਕਿਹਾ ਥਾਣੇ 'ਚ ਜਾ ਕੇ ਵੀ ਇਹਨਾਂ ਦੀ ਰਿਪੋਰਟ ਦਰਜ ਨਹੀਂ ਕਰਾਉਣੀ ਹੈਗੀ, ਇਹ ਪੈਸੇ ਖਾਂਦੇ ਨੇ ਕੁੜੀਆਂ ਦੇ, ਪੈਸੇ ਲੈਂਦੇ ਨੇ ਸਾਰਾ। ਸਰਪੰਚ ਇਹ ਪਾਰਟੀ ਵੀ ਹੁੰਦੀ ਰਹੀ, ਸਰਪੰਚ ਨੂੰ ਸਭ ਕੁਝ ਪਤਾ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ, ਕੋਈ ਪੁਲਿਸ ਨੂੰ ਨਹੀਂ ਕਿਹਾ ਗਿਆ ਵੀ ਇਹਨਾਂ ਦੀ ਰਿਪੋਰਟ ਦਰਜ ਕਰੋ ਜਾਂ ਕਿੱਦਾਂ। ਸਰਪੰਚ ਦਾ ਨਾਮ ਕੀ ਹੈ ਗੁੜੀਆ? ਸਰਪੰਚ ਸਿੰਘ ਗੁੱਟਾ ਸਰਪੰਚ। ਇਹ ਕੁੜੀ ਕਿਹੜੀ ਡੇਟ ਨੂੰ ਲਾਪਤਾ ਹੋਈ ਸੀ ਜੀ? ਕੁੜੀ ਨੀ ਆ ਰਹੀ ਹੈ, ਕਿੱਥੇ ਗਈ ਹੋਈ ਹੈ।
ਬਾਅਦ 'ਚ ਅਸੀਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਮਿਲਿਆ। ਅਸੀਂ ਥਾਣੇ 'ਚ ਵੀ ਗਏ, ਉਹਨਾਂ ਨੇ ਸਾਡੀ ਕੋਈ ਸੁਣੀ ਨਹੀਂ ਹੈਗੀ ਕੋਈ ਵੀ ਗੱਲ। ਉਹਨਾਂ ਨੇ ਕਿਹਾ ਇੱਧਰ ਜਾਓ ਉੱਧਰ ਜਾਓ, ਬਸ ਭੇਜ ਭੇਜ ਕੇ ਬਸ ਉਹਨੂੰ ਇੱਕ ਸਾਹਿਬ ਦਾ ਪ੍ਰਭਾਵਿਤ ਤੱਕ। ਥਾਣੇ ਦੇ ਵਿੱਚ ਗਏ ਤੁਸੀਂ? ਅਸੀਂ ਤਰਾਣੇ ਵੀ ਗਏ, ਉਸ ਤੋਂ ਬਾਅਦ ਖਨੌਰੀ ਵੀ ਗਏ। ਖਨੌਰੀ ਵਾਲੇ ਕਹਿੰਦੇ ਸਤਰਾਣੇ ਵਾਲਿਆਂ ਤੋਂ ਜਾਓ, ਸਤਰਾਣੇ ਵਾਲੇ ਕਹਿੰਦੇ ਖਨੌਰੀ ਵਾਲੇ। ਫਿਰ ਤੁਹਾਨੂੰ ਕੁੜੀ ਬਾਰੇ ਲਾਪਤਾ ਹੋਣ ਤੋਂ ਬਾਅਦ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ? ਸਾਨੂੰ ਇਹਨਾਂ 'ਤੇ ਸ਼ੱਕ ਸੀ ਜੀ ਮਾੜਾ ਮੋਟਾ। ਕਿਹਨਾਂ 'ਤੇ ਜੀ? ਇਹਨਾਂ 'ਤੇ ਜਿਨ੍ਹਾਂ ਨੇ ਕੁੜੀ ਲਾਪਤਾ ਕੀਤੀ ਸੀ। ਕੀ ਨਾਮ ਨੂੰ ਕੀ ਉਹਨਾਂ ਦਾ, ਕਿਹੜੇ ਪਿੰਡ ਦੇ ਜੀ? ਇਹ ਸਾਡੇ ਪਿੰਡ ਗੁਲਾੜ ਪਿੰਡ ਦੇ ਨੇ ਜੀ। ਅੱਛਾ, ਨਾਮ ਵਗੈਰਾ ਕੋਈ ਉਹਨਾਂ ਦਾ? ਦੀਪੂ। ਦੀਪੂ, ਨਵਦੀਪ ਕੁਮਾਰ ਜੀ। ਅੱਛਾ, ਕਿੰਨੇ ਲੜਕੇ ਸੀ ਇਹ? ਇਹ 5 ਲੜਕੇ ਸਨ ਜੀ। ਅੱਛਾ ਜੀ, ਉਸ ਤੋਂ ਬਾਅਦ ਫਿਰ ਜੀ ਸਾਰੀ ਘਟਨਾ ਤੁਹਾਨੂੰ ਪਤਾ ਲੱਗਣ ਤੋਂ ਬਾਅਦ ਕੀ ਹੋਇਆ ਜੀ? ਕੋਈ ਕਾਰਵਾਈ ਨਹੀਂ ਕੀਤੀ ਗਈ, ਪਤਾ ਲੱਗਣ ਤੋਂ ਬਾਅਦ ਆਪ ਹੀ ਭੱਜਦੇ ਰਹੇ ਬਸ। ਰਿਸ਼ਤੇਦਾਰ ਸੀਗੇ ਮਾੜੇ ਮੋਟੇ, ਬਸ ਕਿਸੇ ਨੇ ਕੋਈ ਸਾਡੀ ਨਹੀਂ ਸੁਣੀ ਹੈਗੀ। ਬਲਕਿ ਜਿਹੜਾ ਸਰਪੰਚ ਸੀ ਪਿੰਡ ਦਾ, ਉਹ ਵੀ ਰਲਿਆ ਹੋਇਆ ਸੀ, ਪੈਸੇ ਖਾ ਰਿਹਾ ਸੀ ਉਹਨਾਂ ਤੋਂ, ਪਾਰਟੀਆਂ ਗੱਲ ਕਰਦਾ ਰਿਹਾ ਬਸ। ਕੁੜੀ ਤੁਹਾਨੂੰ ਜਿਹੜੀ ਮਿਲੀ ਹੈ ਜੀ, ਕਦੋਂ ਮਿਲੀ, ਕਿੱਥੇ ਮਿਲੀ, ਕਿਸ ਹਾਲਤ 'ਚ ਮਿਲੀ ਸੀ? ਇਸਦੀ ਹਾਲਤ ਬਹੁਤ ਬੁਰੀ ਸੀ, ਪੂਰੀ ਤਰ੍ਹਾਂ ਜਲਾਇਆ ਹੋਇਆ ਸੀ। ਇਸ ਕੁੜੀ ਨੂੰ ਕਿਡਨੈਪ ਕਰਕੇ ਲੈ ਕੇ ਗਿਆ ਗਿਆ, ਬਾਅਦ 'ਚ ਰੇਪ ਕੀਤਾ ਗਿਆ, 5 ਜਣਿਆਂ ਨੇ ਕੀਤਾ ਰੇਪ। ਉਸ ਤੋਂ ਬਾਅਦ ਉਹਦਾ ਗਲਾ ਘੁੱਟ ਕੇ ਉਹਦਾ ਅੰਗ ਅੰਗ ਕੱਟਿਆ ਗਿਆ, ਤੇਲ ਪਾ ਕੇ ਉਸਨੂੰ ਮਚਾਇਆ ਗਿਆ। ਸਿਰਫ ਲੱਤਾਂ ਹੀ ਦਿਖਦੀਆਂ ਨੇ, ਸਭ ਕੁਛ ਮਰ ਚੁੱਕਿਆ ਹੁੰਦਾ। ਸੋਨੇ ਦੀ ਲਾਸ਼ ਜਿਹੜੀ ਮਿਲੀ ਉਹ ਕਿੱਥੋਂ ਮਿਲੀ ਸੀ? ਠਰਵੇ ਪਾਖੜਾ ਦੇ ਨਾਲ, ਠਰਵੇ ਝੱਠੀਆਂ ਤੋਂ ਜੀ, ਸੂਏ ਕੋਲ ਬਹੁਤ ਜੰਗਲ ਜਿਹਾ ਬਣਿਆ ਹੋਇਆ ਸੀ। ਪੁਲਿਸ ਦਾ ਕਹਿਣਾ ਵੀ ਇਸ ਕੇਸ ਦੇ ਵਿੱਚ 3 ਬੰਦੇ ਇਨਵੋਲਵ ਨੇ, ਤੁਸੀਂ ਕਹਿ ਰਹੇ ਹੋ ਜੀ 5 ਬੰਦੇ? 5 ਨੇ ਜੀ, ਸਾਨੂੰ ਪਤਾ 5, 3 ਫਰਾਰ ਹੋ ਚੁੱਕੇ ਨੇ ਜੀ, 2 ਹੱਥ ਆ ਗਏ ਨੇ, 3 ਫਰਾਰ ਨੇ। ਕਿਤੇ ਤਾਂ ਨਹੀਂ ਹੋ ਰਿਹਾ ਵੀ ਜਿਹੜੀ ਇਹ ਪੁਲਿਸ ਹੈ ਜੀ, ਪੁਲਿਸ 2 ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ? ਉਸ ਤੋਂ ਬਾਅਦ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ? 10 ਲੀਟਰ ਕਾਰਵਾਈ ਹੋਈ ਹੈ ਪਰ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਜੇ ਸਾਨੂੰ ਇਨਸਾਫ ਨਾ ਮਿਲਿਆ। ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ, ਜਿਵੇਂ ਮੇਰੀ ਭੈਣ ਨਾਲ ਸੰਸਕਾਰ ਨਹੀਂ ਕਰਦੇ ਉਦੋਂ ਤੱਕ, ਜਦੋਂ ਤੱਕ ਫਾਂਸੀ ਦੀ ਸਜ਼ਾ ਨਹੀਂ ਹੁੰਦੀ ਹੈਗੀ। ਸਾਨੂੰ ਇਨਸਾਫ ਚਾਹੀਦਾ ਹੈ, ਜੇ ਇਨਸਾਫ ਨਾ ਹੋਇਆ ਸਾਰੇ ਦੇਸ਼ 'ਚ ਹੱਲਾ ਕਰ ਦਾਂਗੇ।